हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਭਾਈ ਜੈਤਾ ਜੀ ਵਾਲੀ ਪੁਸਤਕ ਦੇ ਪ੍ਰੈਕਟਿਸ ਪੇਪਰ ਆ ਜਿਹੜੇ ਆ ਕੀਤੇ 6 ਦਿੱਤੇ ਹੋ ਸ਼ੁਰੂ ਕੀਤੇ ਸੀ ਚਾਰ ਪ੍ਰੈਕਟਿਸ ਪੇਪਰ ਆਪਾਂ ਕਰ ਲਏ ਬੇਟਾ ਹੁਣ ਦੋ ਨੰਬਰ ਪ੍ਰੈਕਟਿਸ ਪੇਪਰ ਦੇ ਉੱਤੇ ਪਹੁੰਚ ਗਏ ਧਿਆਨ ਦੇ ਨਾਲ ਦੇਖੋ ਇਹਨੂੰ ਤਾਂ ਬੇਟਾ ਆਹ ਇੱਕ ਸੰਖਿਆ ਦਿੱਤੀ ਹੋਈ ਆ ਸਾਨੂੰ ਕਹਿੰਦਾ ਵਿੱਚ ਦੋ ਆ ਦੋਨਾਂ ਨੂੰ ਦੇ ਸਥਾਨਕ ਮੁੱਲ ਅੰਕ ਦੀ ਜਗ੍ਹਾ ਤੇ ਬੇਟਾ ਇੱਥੇ ਮੁੱਲ ਹੋਊਗਾ ਠੀਕ ਹੈ ਸਥਾਨਕ ਮੁੱਲ ਦਾ ਅੰਤਰ ਪਤਾ ਕਰੋ ਤਾਂ ਬੇਟਾ ਸਥਾਨਕ ਮੁੱਲ ਹੁੰਦਾ ਜਿਹੜਾ ਕੋਈ ਅੰਕ ਸਥਾਨ ਗ੍ਰਹਿਣ ਕਰਦਾ ਹੈ ਤਾਂ ਬੇਟਾ ਪਹਿਲੇ 9 ਦਾ ਸਥਾਨਕ ਮੁੱਲ ਜਿਹੜਾ ਪਹਿਲੇ 9 ਦਾ ਸਥਾਨਕ ਮੁੱਲ ਕੀ ਹੈ ਪਹਿਲੇ 9 ਦਾ ਸਥਾਨਕ ਮੁੱਲ ਨਕ ਮੁੱਲ ਬਰਾਬਰ 9 ਹੀ ਕਿਉਂਕਿ ਇਕਾਈ ਸਥਾਨ ਦੇ ਉੱਤੇ ਆ ਇਹ ਠੀਕ ਹੈ ਤਾਂ ਦੂਜੇ 9 ਦਾ ਸਥਾਨਕ ਮੁੱਲ ਕੀ ਹੈਗਾ ਹੈ 9/10 ਜਾਂ ਦੂਜੇ ਸਥਾਨਕ ਮੁੱਲ ਬਰਾਬਰ 9/10 ਠੀਕ ਹੈ ਬੇਟਾ ਤਾਂ ਜੇ ਆਪਾਂ ਅੰਤਰ ਪਤਾ ਕਰਨਾ ਜਾਂ ਤਾਂ ਇਹਨੂੰ 9 ਘਟਾਉ 9/10 10 90 9 81/10 ਇਹ ਬਣ ਗਿਆ 8.1 ਦਾ 0 ਦੀ ਡੈਸੀਮਲ ਲਾਤੀ ਬਰਾਬਰ 8.1 ਜਾਂ 81/10 ਜਾਂ 8.1 ਤਾਂ ਬੇਟਾ 3 ਨੰਬਰ ਆਲਟਰਨੇਟਿਵ ਦੇ ਵਿੱਚ ਇਹ 8.1 ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਕਹਿੰਦਾ ਇੱਕ ਸੰਖਿਆ ਨੂੰ 19 ਨਾਲ ਭਾਗ ਦੇਣ ਤੇ ਭਾਗ 5 ਭਾਗਫਲ ਆਇਆ ਤਾਂ ਬਾਕੀ ਅਤੇ ਬਾਕੀ 5 ਬਚਿਆ ਤਾਂ ਉਹ ਸੰਖਿਆ ਦੱਸੋ ਤਾਂ ਬੇਟਾ ਇਹਦਾ ਫਾਰਮੂਲਾ ਆਪਾਂ ਪਹਿਲੇ ਪੇਪਰਾਂ 'ਚ ਵੀ ਕੀਤਾ ਸੀ ਭਾਜ ਬਰਾਬਰ ਹੈ ਭਾਜਕ ਗੁਣਾ ਭਾਜ ਫਲ ਜਮਾ ਬਾਕੀ ਠੀਕ ਹੈ ਤਾਂ ਭਾਜ ਲੱਭਣੀ ਆਪਾਂ 19 ਨਾਲ ਭਾਗ ਦੇਣ ਤੇ ਭਾਜਕ ਕੀ ਹੈ 19 ਭਾਜ ਫਲ ਕਿੰਨਾ 5 ਜਮਾ ਬਾਕੀ ਕਿੰਨਾ ਬਚਿਆ 19 ਪਹਿਲਾਂ ਗੁਣਾ ਕਰਾਂਗੇ ਬਾਡਮਾਸ ਰੂਲ ਦੇ ਅਕੋਰਡਿੰਗਲੀ 19 5 95 95 5 100 ਉੱਤਰ ਆ ਗਿਆ ਆਪਣਾ ਤਾਂ ਆਪਾਂ ਦੇਖਦੇ ਹਾਂ ਆ ਬੇਟਾ 4 ਨੰਬਰ ਦੇ ਉੱਤੇ 100 ਉੱਤਰ ਆਉਂਦਾ ਪਿਆ ਠੀਕ ਹੈ ਬੇਟਾ ਤੇ ਇਹਨੂੰ ਆਪਾਂ ਇਹਦੇ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 1 ਕਿਲੋਮੀਟਰ ਬਰਾਬਰ ਹੈ 1 ਕਿਲੋਮੀਟਰ ਬਰਾਬਰ ਹੈ ਤਾਂ ਬੇਟਾ 1 ਕਿਲੋਮੀਟਰ ਕਿਦੇ ਬਰਾਬਰ ਹੈ 100 ਮੀਟਰ ਨਹੀਂ 1000 ਮੀਟਰ ਹੁੰਦੇ ਆ 100 ਡੈਸੀਮੀਟਰ ਨੋ ਠੀਕ ਹੈ ਤਾਂ 100 ਡੈਕਾਮੀਟਰ ਠੀਕ ਹੈ ਕਿਉਂਕਿ ਬੇਟਾ ਆਹ ਉੱਤਰ ਆਊਗਾ ਕਿਉਂਕਿ 1 ਡੈਕਾਮੀਟਰ 1 ਡੈਕਾਮੀਟਰ ਬਰਾਬਰ 0.01 ਕਿਲੋਮੀਟਰ ਦੇ ਬਰਾਬਰ ਹੁੰਦਾ ਹੈ ਠੀਕ ਹੈ ਤਾਂ ਆਪਾਂ ਇਹਨੂੰ ਇੱਕ 100 ਡੈਕਾਮੀਟਰ ਨੂੰ ਜਦੋਂ 100 0.01 ਕਰਾਂਗੇ ਤਾਂ ਇਹ 1 ਕਿਲੋਮੀਟਰ ਹੀ ਆ ਜਾਣਾ ਹੈ ਠੀਕ ਹੈ ਕਿਉਂਕਿ ਜਦੋਂ ਇਹਦੇ ਨਾਲ ਗੁਣਾ ਕਰਾਂਗੇ ਡੈਸੀਮਲ ਦੇ ਦੋ ਹੱਥ ਇੱਧਰ ਨੂੰ ਹੋਣੇ ਚਾਹੀਦੇ ਡੈਸੀਮਲ ਦੋ ਹੱਥ ਇੱਧਰ ਨੂੰ ਜਾਊਗਾ ਤਾਂ 1 ਕਿਲੋਮੀਟਰ ਆ ਜਾਊਗਾ 100 ਡੈਕਾਮੀਟਰ ਹੈ ਜਿਹੜਾ ਇਹਦਾ ਸਹੀ ਉੱਤਰ ਆਉਂਦਾ ਪਿਆ ਹੈ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 4 ਠੀਕ ਹੈ ਤਾਂ ਸਵਾਲ ਨੰਬਰ 4 ਦੇ ਵਿੱਚ ਧਿਆਨ ਨਾਲ ਦੇਖੋ ਬੇਟਾ ਇਹਦੇ ਵਿੱਚ ਕੀ 2 تقسیم 2 3 تقسیم 3 1 1 ਤਾਂ ਬੇਟਾ ਪਹਿਲਾਂ ਆਪਾਂ ਬੌਡਮਾਸ ਰੂਲ ਵਰਤਣਾ ਠੀਕ ਹੈ ਬੌਡਮਾਸ ਰੂਲ ਦੇ ਲਈ b o d m a s ਬੌਡ ਮਾਸ ਰੂਲ ਦੇ ਵਿੱਚ ਪਹਿਲਾਂ ਬ੍ਰੈਕਟ ਫਿਰ ਆਫ ਆਫ ਫਿਰ ਪਹਿਲਾਂ ਬ੍ਰੈਕਟ ਫਿਰ ਦਾ ਫਿਰ ਡਿਵੀਜ਼ਨ ਫਿਰ ਮਲਟੀਪਲੀਕੇਸ਼ਨ ਫਿਰ ਐਡ ਤੇ ਫਿਰ ਸਬਟ੍ਰੈਕਟ ਤਾਂ ਭਾਗ ਤਾਂ ਬੇਟਾ ਆ 2 ਤਕਸੀਮ 2 ਆ ਪਹਿਲਾਂ ਆਪਾਂ ਇਹਨਾਂ ਨੂੰ ਭਾਗ ਕਰ ਲਾਂਗੇ 2 ਤਕਸੀਮ 2 1 ਆ ਗਿਆ ਜਮਾ 3 ਤਕਸੀਮ 3 1 ਆ ਗਿਆ ਫਿਰ ਜਮਾ 1 ਤੇ ਜਮਾ 1/1 ਵੀ 1 ਹੀ ਆਉਂਦਾ ਪਿਆ ਠੀਕ ਹੈ ਇੱਥੇ ਇੱਕ ਆ ਤਿੰਨੇ ਹੀ ਭਾਗ ਆ ਪੁੱਤ ਇਹਦਾ ਵੀ 1 ਆ ਬਣ ਗਿਆ ਇਹਦਾ ਵੀ 1 ਆ ਬਣ ਗਿਆ 1 ਜਮਾ 1 ਜਮਾ ਇਹਦਾ 1 ਆ ਬਣ ਗਿਆ ਇਹਦਾ ਵੀ 1 ਆ ਤੇ ਇਹਦਾ ਵੀ 1 ਆ 1 ਜਮਾ 1 ਜਮਾ 1 ਬਰਾਬਰ ਇਹ ਕਿੰਨਾ ਬਣ ਜਾਊਗਾ 3 ਉੱਤਰ ਆ ਜਾਊਗਾ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਆਂ 4 ਨੰਬਰ ਦੇ ਉੱਤੇ 3 ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਅੱਗੇ ਆ ਗਿਆ ਬੇਟਾ 5 ਨੰਬਰ ਸਵਾਲ ਕਹਿੰਦਾ 1/6 ਦਾ ਚੌਥਾਈ ਕਿੰਨਾ ਹੁੰਦਾ ਹੈ ਚੌਥਾਈ ਬੇਟਾ 1/4 ਹੁੰਦਾ ਇਹਨੂੰ ਗੁਣਾ 1/4 ਕਰ ਦਵਾਂਗੇ ਤਾਂ ਇਹ ਹੋ ਗਿਆ 1/24 1/6 ਦਾ ਚੌਥਾਈ ਚੌਥਾਈ ਮੀਨਸ 1/4 ਚੌਥਾ ਹਿੱਸਾ ਇਹ ਹੋ ਗਿਆ 1/ 24 ਤਾਂ ਬੇਟਾ 4 ਨੰਬਰ ਆਲਟਰਨੇਟਿਵ ਦੇ ਵਿੱਚ ਉਹ 24 1/24 ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਇਹਦੇ ਨਾਲ ਹੀ ਬੇਟਾ ਸਾਡੇ ਇਹਦੇ ਪੰਜ ਸਵਾਲ ਕੰਪਲੀਟ ਹੋ ਗਏ ਤਾਂ ਬੇਟਾ ਅਗਲੀ ਸਵਾਲ ਆ ਜਿਹੜੇ ਉਹ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ